ਪੰਜਾਬ ਸਰਕਾਰ ਵੱਲੋਂ ਵੀ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਜੀ, ਔਰ ਪਿੰਡਾਂ ਦੇ ਵਿੱਚ ਕਲੱਬਾਂ, ਕਮੇਟੀਆਂ, ਸਕੂਲ, ਹੋਰ ਜਿਹੜੀਆਂ ਸੰਸਥਾਵਾਂ ਨੇ ਸਾਰੀਆਂ ਤਕਰੀਬਨ ਬੂਟੇ ਲਾ ਰਹੀਆਂ ਨੇ, ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮਹਿਸੂਸ ਕੀਤਾ ਕਿ ਦਰੱਖਤ ਵੱਡੇ ਰੋਡ ਬਣ ਕਰਕੇ ਕੱਟੇ ਗਏ, ਜਿਹਦਾ ਕਰਕੇ ਵਾਤਾਵਰਨ ਦੇ ਵਿੱਚ ਕਾਫੀ ਸਮੱਸਿਆਵਾਂ ਪੈਦਾ ਹੋਈਆਂ। ਇਸ ਕਰਕੇ ਅਸੀਂ ਪੌਦੇ ਲਗਾ ਰਹੇ ਹਾਂ ਤਾਂ ਕਿ ਵਾਤਾਵਰਨ ਸਾਫ਼ ਸੁਥਰਾ ਹੋਵੇ, ਸ਼ੁੱਧ ਆਕਸੀਜਨ ਮਿਲੇ ਅਤੇ ਲੋਕਾਂ ਨੂੰ ਬਿਮਾਰੀ ਤੋਂ ਰਾਹਤ ਮਿਲੇ। ਹਾਂਜੀ ਮੈਮ, ਤੁਸੀਂ ਪ੍ਰਿੰਸੀਪਲ ਹੈ ਸਕੂਲ ਦੇ, ਔਰ ਮੇਨ ਮੋਟਿਵ ਕੀ ਸੀਗਾ MLA ਸਾਹਿਬ ਨੂੰ ਬੁਲਾਉਣ? ਸਰ, MLA ਸਾਹਿਬ ਬੁਲਾਉਣ ਦਾ ਮੇਨ ਮੋਟਿਵ ਇਹ ਸੀ ਕਿ ਜੋ ਸਰਕਾਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਆ, ਮਤਲਬ ਵਾਤਾਵਰਨ ਦੀ ਸਾਂਭ ਸੰਭਾਲ ਦੇ ਲਈ, ਉਸ ਮੁਹਿੰਮ ਦੀ ਸ਼ੁਰੂਆਤ ਆ ਜਿਹੜੀ ਉਹ ਅਸੀਂ MLA ਸਾਹਿਬ ਤੋਂ ਆਪਣੇ ਸਕੂਲ ਦੇ ਵਿੱਚ ਬੂਟੇ ਲਗਵਾ ਕੇ ਕੀਤੀ ਆ, ਤਾਂ ਜੋ ਕਿ ਅਸੀਂ ਬੂਟੇ ਲਗਵਾ ਕੇ ਵਾਤਾਵਰਨ ਦੀ ਸੰਭਾਲ ਕਰ ਸਕੀਏ। ਮੈਮ, ਕਿੰਨੀਆਂ ਕਿਸਮਾਂ ਸੀ ਔਰ ਕਿੰਨੇ ਬੂਟੇ ਸੀ? ਸਰ, ਅਲੱਗ ਅਲੱਗ ਕਿਸਮਾਂ ਦੇ ਬੂਟੇ ਆ, 1200 ਬੂਟਾ ਵਾ ਜਿਹੜਾ ਪਿੰਡ ਦੇ ਮਤਲਬ ਨੌਜਵਾਨਾਂ ਵੱਲੋਂ ਇੱਕ ਕਲੱਬ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਅਤੇ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਹੀ 1200 ਬੂਟਾ ਲਗਾਇਆ। ਠੀਕ ਹੈ, ਥੈਂਕ ਯੂ। ਹਾਂਜੀ ਮੈਮ, ਤੁਸੀਂ ਇੱਕ ਅਧਿਆਪਕ ਹੋ, ਵਾਤਾਵਰਨ ਨੂੰ ਲੈ ਕੇ ਕੀ ਕਹਿਣਾ ਤੁਹਾਡਾ? ਹਾਂਜੀ, ਮੇਰਾ ਨਾਮ ਰਜਿੰਦਰ ਕੌਰ ਹੈ, ਮੈਂ ਐਜ਼ ਏ ਡੀਪੀ ਇੱਥੇ 12 ਸਾਲ ਤੋਂ ਸਕੂਲ 'ਚ ਕੰਮ ਕਰ ਰਹੀ ਹਾਂ ਅਤੇ ਅੱਜ ਇੱਥੇ MLA ਸਾਹਿਬ ਦਾ ਆਉਣ ਦਾ ਮਤਲਬ ਇਹ ਸੀ ਕਿ ਜਿਹੜੀ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਅਸੀਂ ਸਕੂਲ 'ਚ ਉਹਨਾਂ ਨੂੰ ਬੁਲਾਇਆ ਅਤੇ ਇਹ ਮੁਹਿੰਮ ਨੂੰ ਮਤਲਬ ਪੂਰਾ ਕੀਤਾ ਬੂਟੇ ਲਗਵਾ। ਹਾਂਜੀ, ਕਿ ਇਹ ਆ ਵੀ ਪ੍ਰੋਪਰ, ਇੱਕ ਤਾਂ ਸਾਡੇ ਕੋਲ ਗਰਾਊਂਡ ਦੀ ਪ੍ਰੋਬਲਮ ਆ, ਗਰਾਊਂਡ ਹੈ ਨਹੀਂ ਕਿ ਉਹ ਵੀ ਅਸੀਂ MLA ਸਾਹਿਬ ਨੂੰ ਅੱਜ ਡਿਮਾਂਡ ਕੀਤੀ ਆ ਵੀ ਸਾਨੂੰ ਗਰਾਊਂਡ ਪ੍ਰੋਪਰ ਬਣਾਏ ਜਾਣ। ਇੱਕ ਪ੍ਰੋਬਲਮ ਇਹ ਹੈ ਕਿ ਜਿਵੇਂ ਲੜਕੀਆਂ ਖੇਡਦੀਆਂ ਸਕੂਲ ਦੇ ਚਾਰ ਦੀਵਾਰੀ ਹੈ ਨਹੀਂ ਗੀ, ਹਾਂਜੀ ਇੱਕ ਉਹਨਾਂ ਨੂੰ ਇਹ ਕਿਹਾ ਵੀ ਸਾਡੇ ਸਕੂਲ ਦੀ ਜਿਹੜੀ ਚਾਰ ਦੀਵਾਰੀ ਆ ਉਹ ਬਣਾਈ ਜਾਵੇ, ਕੁਛ ਡਿਮਾਂਡਸ ਸੀਗੀਆਂ ਸਕੂਲਸ ਦੀਆਂ ਉਹ ਅਸੀਂ ਅੱਜ ਸਾਰੀਆਂ MLA ਸਾਹਿਬ ਨੂੰ ਮਤਲਬ ਮੰਗ ਪੱਤਰ ਦਿੱਤਾ ਹੈ। ਸਕੂਲ ਦੀ ਬਿਲਡਿੰਗ ਨੂੰ ਲੈ ਕੇ ਸੀਗਾ ਅਤੇ ਕੁਛ ਥੋੜ੍ਹੀਆਂ ਹੋਰ ਇਸ਼ੂ ਸੀਗੇ ਉਹ ਸਾਰੇ ਅੱਜ ਅਸੀਂ ਉਹਨਾਂ ਨਾਲ ਕਲੀਅਰ ਕੀਤੇ ਆ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਜਲਦੀ ਤੁਹਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹਾਂਜੀ ਹਰਮਨ ਸਾਹਿਬ, ਅੱਜ ਦਾ ਜੋ ਪ੍ਰੋਗਰਾਮ ਕੀਤਾ ਗਿਆ 1200 ਬੂਟੇ ਵਾਤਾਵਰਨ ਮੱਦੇਨਜ਼ਰ ਰੱਖ ਕੇ ਲਗਾਏ ਗਏ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਵਾਤਾਵਰਨ ਨੂੰ ਸੰਭਾਲਦੇ ਹੋਏ ਅਸੀਂ ਪੰਜਾਬ ਸਰਕਾਰ ਦਾ ਬਹੁਤ ਸਹਿਯੋਗ ਹੈ ਜਿਹੜੇ ਕਿ ਵਾਤਾਵਰਨ ਨੂੰ ਸੰਭਾਲ ਰਹੀ ਹੈ ਜੀ। ਸਮੁੱਚੇ ਮੈਂ ਪਿੰਡ ਦਾ, ਖਾਸ ਕਰਕੇ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਦਾ ਅਤੇ ਸਾਡੇ ਪਿੰਡ ਦੇ ਮੋਹਦਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ, ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ, ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਜਨਰਲ ਸੈਕਟਰੀ ਹਾਂ BJP ਦਾ ਪੰਜਾਬ ਦਾ, ਅਸੀਂ ਸਮੁੱਚੇ ਨਗਰ ਨੇ ਰਲ ਕੇ ਅੱਜ ਇੱਕ ਉਪਰਾਲਾ ਕੀਤਾ ਇਕੱਠੇ ਹੋ ਕੇ ਸਾਰਿਆਂ ਨੇ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵਾਤਾਵਰਨ ਨੂੰ ਬਚਾਈਏ। ਜਿਵੇਂ ਕਿ ਸਕੂਲ ਦੇ ਵਿੱਚ ਸਾਡੇ ਤਕਰੀਬਨ ਸਕੂਲ ਦੇ ਵਿੱਚ ਇਹਦੇ ਵਿੱਚ ਮੈਂ ਚੇਅਰਮੈਨ ਹਾਂ, ਸਕੂਲ ਦੇ ਵਿੱਚ 750 ਬੱਚਾ ਪੜ੍ਹਦਾ ਜੀ, 750 ਬੱਚੇ ਦੇ ਵਿੱਚ ਕਾਫੀ ਗਰੀਬ ਘਰਾਂ ਦੇ ਬੱਚੇ ਆ। ਅੱਜ ਅਸੀਂ ਆਪਣੀ ਬਿਲਡਿੰਗ ਹੈ ਜਿਹੜੀ ਸਕੂਲ ਦੀ ਉਹ ਵੀ ਅਸੀਂ MLA ਸਾਹਿਬ ਨੂੰ ਦਿਖਾਈਏ ਕਿ ਸਰਕਾਰ ਜੇ ਸਾਡੇ ਸਕੂਲ ਨੂੰ ਕੋਈ ਗ੍ਰਾਂਟ ਦੇ ਸਕਦੀ ਆ ਤਾਂ ਇੱਥੇ ਜਿਹੜਾ 700-800 ਬੱਚਾ ਪੜ੍ਹਦਾ CBSE ਬੋਰਡ ਦੀ ਪੜ੍ਹਾਈ ਆ ਜੀ, ਇੰਗਲਿਸ਼ ਮੀਡੀਅਮ ਸਕੂਲ ਆ ਇਹ, ਜਿਵੇਂ ਇੰਗਲਿਸ਼ ਸਕੂਲ ਜਿਹੜੇ ਪ੍ਰਾਈਵੇਟ ਸਕੂਲ ਖੋਲ੍ਹੇ ਗਏ ਆ ਉਹਨਾਂ ਵਿੱਚ ਕਾਫੀ ਫੀਸਾਂ ਜਿਹੜੀਆਂ ਲੋਕਾਂ ਤੋਂ ਲਈਆਂ ਜਾਂਦੀਆਂ। ਇਸ ਸਕੂਲ ਦੇ ਵਿੱਚ ਸਾਨੂੰ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਵਿੱਚ 1 ਰੁਪਈਆ ਵੀ ਕਿਸੇ ਬੱਚੇ ਤੋਂ ਨਹੀਂ ਲਿਆ ਜਾਂਦਾ, ਕਿਉਂਕਿ ਪੜ੍ਹਾਈ ਵੀ ਫਰੀ ਹੈ, ਫੀਸ ਵੀ ਫਰੀ ਹੈ, ਅਸੀਂ ਵਰਦੀ ਵੀ ਬਿਲਕੁਲ ਸਰਕਾਰ ਵੱਲੋਂ ਫਰੀ ਆ ਰਹੀ ਹੈ। ਇਸ ਕਰਕੇ ਮੈਂ MLA ਸਾਹਿਬ ਦਾ ਅਤੇ ਸਾਡੇ ਸਕੂਲ ਦਾ ਸਾਰੇ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਅੱਜ ਇਕੱਠੇ ਕਰਕੇ ਸਾਨੂੰ ਸਾਰਿਆਂ ਨੂੰ ਇਸ ਸਕੂਲ ਦੇ ਵਿੱਚ ਸੱਦਿਆ। ਧੰਨਵਾਦੀ ਹੈ ਮੈਂ ਸਾਡੇ ਪਿੰਡ ਦੇ ਨਗਰ ਦੇ ਨੌਜਵਾਨ ਵੀਰ ਆ ਜਿਹੜੇ ਯੂਥ ਦੇ, ਇਹਨਾਂ ਨੇ ਉਪਰਾਲਾ ਕੀਤਾ, ਅਤੇ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੇ ਸੀਨੀਅਰ ਬੰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਪਾਰਟੀ ਬਾਜੀ ਨੂੰ। ਅਕਾਲੀ ਪਾਰਟੀ ਦੇ ਬੰਦੇ ਵੀ ਵਿੱਚ ਬੈਠੇ ਆ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦਾ ਵੀ ਬਹੁਤ ਸਹਿਯੋਗ ਆ। ਸਾਰਿਆਂ ਨੇ ਰਲ ਮਿਲ ਕੇ ਅਸੀਂ ਅੱਜ ਇੱਕ ਇਕੱਠੇ ਹੋ ਕੇ ਯਤਨ ਕੀਤਾ ਕਿ ਅਸੀਂ ਵਾਤਾਵਰਨ ਦੀ ਸੰਭਾਲ ਕਰੀਏ। ਹਾਂਜੀ, ਮੈਂ ਕਹਿਣਾ ਚਾਹੁੰਦਾ ਵੀ
ਮੇਰਾ ਮਨੁੱਖਾ ਅਤੇ ਜਿਹੜਾ ਰੁੱਖਾ ਜਿਹੜਾ ਬਹੁਤ ਨੇੜਲਾ ਜੀ, ਅਤੇ ਰੁੱਖ ਹੈ ਤਾਂ ਮਨੁੱਖ ਅਤੇ ਰੁੱਖ ਤੇ ਜਾ ਗਿਆ ਤਾਂ ਸਾਡੇ ਮਨੁੱਖ ਵੀ ਹੋਰ ਖਤਰੇ ਵਿੱਚ ਜੀ। ਅਤੇ ਤੁਹਾਨੂੰ ਕਿੰਨੀਆਂ ਸਾਲਾਂ ਤੋਂ ਦੇਖਦੇ ਹਾਂ ਕਿ ਰੁੱਖਾਂ ਦੀ ਕੋਈ ਘਾਟ ਤੇ ਪੰਜਾਬ ਦੇ ਵਿੱਚ ਨਵੀਆਂ ਸੜਕਾਂ ਬਣੀਆਂ, ਬਹੁਤ ਵੱਡੇ ਪਤਾ ਦੇ ਵਿੱਚ ਟਰੈਕਟਰ ਪੱਕੇ ਗਏ, ਉਹਨਾਂ ਦੇ ਦਸ ਦਿਨਾਂ ਵਿੱਚ ਟਰੈਕਟਰ ਬਹੁਤ ਜ਼ਰੂਰੀ ਆ। ਮੇਰੇ ਸਰਕਾਰਾਂ ਦੀ, ਪੰਚਾਇਤਾਂ ਦੀ, ਕਲੱਬਾਂ ਦੀ ਸਾਰੀਆਂ ਇਸ ਗੱਲ 'ਤੇ ਜ਼ੋਰ ਦਿੰਦੀਆਂ ਵੀ ਟਰੈਕਟਰ ਲਾਉਣਾ ਚਾਹੀਦੀ ਹੈ। ਉਸੇ ਲੜੀ ਦੇ ਤਹਿਤ ਅੱਜ ਸਾਡੇ ਪਿੰਡ ਦੇ ਨੌਜਵਾਨਾਂ ਨੇ ਵੀ, ਸਕੂਲ ਵਾਲਿਆਂ ਨੇ ਵੀ, ਕੁਛ ਵੀਡੀਓ ਦਫ਼ਤਰ ਵੱਲੋਂ ਵੀ ਇਕੱਠੇ ਸਾਰਾ ਕੰਮ ਹੋ ਗਿਆ। ਕਾਫੀ ਬੂਟੇ ਆ ਗਏ ਆ, ਲਗਭਗ ਮੇਰੇ ਹਿਸਾਬ ਨਾਲ 1500 ਬੂਟਾ ਆ ਚੁੱਕਿਆ ਹੈਗਾ, ਜਿਹਦੇ ਅੱਜ ਅਸੀਂ ਐਮਐਲਏ ਸਾਹਿਬ ਨੂੰ ਸੱਦ ਕੇ, ਸਤਿਕਾਰਯੋਗ ਐਮਐਲਏ ਸਾਹਿਬ ਸਾਡੀ ਕਹਿਣਾ ਮੰਨ ਕੇ ਬੂਟੇ ਲਾ ਕੇ ਗਏ ਆ। ਅਤੇ ਸਕੂਲ ਦੀਆਂ ਕਈ ਸਮੱਸਿਆਵਾਂ ਕਾਫੀ ਚਿਰ ਤੋਂ ਲੱਗਦੀਆਂ ਆ ਰਹੀਆਂ ਸੀ, ਕੋਈ ਟਾਈਮ ਨਹੀਂ ਸੀ ਲੱਗਿਆ, ਪਰ ਹੁਣ ਜਦੋਂ ਟਾਈਮ ਲੱਗਿਆ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਸਕੂਲ ਦੇ ਵੱਲ ਖਾਸ ਧਿਆਨ ਦੇ ਕੇ, ਉਹਦਾ ਰੁੱਖਾਂ ਵੱਲ ਖਾਸ ਧਿਆਨ ਦੇ ਕੇ ਇਹ ਕੰਮ ਅੱਜ ਅਸੀਂ ਸਾਰੇ ਪਿੰਡ ਦੇ ਸਮੁੱਚੀਆਂ ਪਾਰਟੀਆਂ ਦੇ ਨਾਲ ਅਸੀਂ ਇਹ ਕੰਮ ਨੂੰ ਨੇਪਰੇ ਚਾੜਨ ਜਾ ਰਹੇ ਹਾਂ। ਅਤੇ ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਕਿ ਜੇ ਕੋਈ ਇੱਕ ਧੜੋਂ ਜਾਂ ਇੱਕ ਦੇ ਪਾਜ਼ਿਟਿਵ ਪਾਸੇ ਆ, ਉਹਨੂੰ ਵੀ ਸਾਡੇ ਵਿੱਚ ਆ ਕੇ ਰਲ ਕੇ ਸਾਰਾ ਕੰਮ ਪਿੰਡ ਦੇ ਸਹਿਯੋਗ ਨਾਲ ਜੇ ਹੋ ਜਾਵੇ ਤਾਂ ਜੋ ਵੱਡੀ ਕੋਈ ਬਿਹਤਰੀ ਨਹੀਂ ਹੋਵੇਗੀ। ਅਸੀਂ ਸਾਰੇ, ਮੈਂ ਫੇਰ ਆਸ ਕਰਦਾ ਵੀ ਜਿਸ ਹਿਸਾਬ ਨਾਲ ਸਾਰੇ ਕਲੱਬਾਂ ਸਾਰੇ ਜਿਹਨਾਂ ਦੇ ਸਾਰਾ ਸਹਿਯੋਗ ਇਸੇ ਤਰ੍ਹਾਂ ਹੋ ਜਾਂਦਾ ਅਤੇ ਪਿੰਡ ਦੀ ਬਿਹਤਰੀ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੀਏ। ਮੈਂ ਸਾਬਕਾ ਸਰਪੰਚ ਸ਼ੇਰ ਸਿੰਘ ਸੀਵਾਨ। ਸਰ, ਐਮਐਲਏ ਸਾਹਿਬ ਨੇ ਸ਼ੁਰੂਆਤ ਕੀਤੀ ਆ ਜਿਸ ਤਰ੍ਹਾਂ ਬੂਟਾ ਲਗਾ ਕੇ ਗਏ ਆ, ਕਿਉਂਕਿ ਜੋ ਵੱਡੇ ਰੋਡ ਬਣੇ ਆ ਉੱਥੋਂ ਬਹੁਤ ਭਾਰੀ ਦਰੱਖਤ ਕੱਟੇ ਗਏ ਆ, ਉਸ ਦੇ ਕਾਰਨ ਵਾਤਾਵਰਨ ਬਹੁਤ ਹੀ ਗੰਦਲਾ ਹੋ ਗਿਆ ਹੈ। ਇਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ, ਸੈਂਟਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਕਲੱਬਾਂ ਵੱਲੋਂ ਵੀ, ਜੋ ਅੱਜ ਸਾਡੇ ਨੌਜਵਾਨ ਕਲੱਬ ਨੇ 1200 ਬੂਟਾ ਲਿਆ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਹੈ, ਕਿਉਂਕਿ ਨਹੀਂ ਤਾਂ ਨੌਜਵਾਨ ਆਪਣੇ ਆਪਣੇ ਬੂਟੇ ਲਾ ਕੇ ਮੁੜ ਕੇ ਕੋਈ ਸੰਭਾਲ ਨਹੀਂ ਕਰਦਾ, ਕਿਉਂਕਿ ਜਿੱਥੇ ਲਾਉਂਦੇ ਉਸ ਤੋਂ ਬਾਅਦ ਕੋਈ ਸੰਭਾਲ ਨਹੀਂ ਕਰਦਾ। ਮੈਂ ਸਮਝਾਂ ਕਿ ਜੇਕਰ ਬੂਟੇ ਲਗਾਏ ਜਾਣ ਤਾਂ ਉਹਨਾਂ ਦੀ ਸੰਭਾਲ ਵੀ ਸਾਨੂੰ ਕਰਨੀ ਜ਼ਰੂਰੀ ਹੈ। ਜਿਹੜੇ ਵੀ ਬੂਟੇ ਲਾਏ ਆ, ਪ੍ਰਿੰਸੀਪਲ ਸਾਹਿਬ ਨੇ ਵੀ ਇਹਨਾਂ ਦੀ ਜ਼ਿੰਮੇਵਾਰੀ ਲਈ ਆ, ਸਕੂਲ ਸਟਾਫ ਨੇ ਜ਼ਿੰਮੇਵਾਰੀ ਲਈ ਆ ਕਿ ਜਿੰਨੇ ਸਕੂਲ 'ਚ ਬੂਟੇ ਲਾਏ ਜਾਣਗੇ ਉਹਨਾਂ ਦੀ ਵਧੀਆ ਕੇਅਰ ਕੀਤੀ ਜਾਊਗੀ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਆਪਦੇ ਪਿੰਡ ਨਸੀਹਕਲਾਂ ਦੇ ਜਿੰਨੇ ਵੀ ਪੰਚਾਇਤ ਵਾਲੇ ਮੋਦਵਾਰ ਬੰਦੇ ਆਏ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅੱਜ ਐਮਐਲਏ ਸਾਹਿਬ, ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਜੀ ਇੱਥੇ ਪਹੁੰਚੇ ਸੀਗੇ, ਪੌਦਾ ਲਾ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਵਾਤਾਵਰਨ ਸਾਫ਼ ਸੁਥਰਾ ਬਣਾਉਣ ਦੇ ਲਈ। ਅਸੀਂ ਨੌਜਵਾਨ ਮੁੰਡੇ ਖੜ੍ਹੇ ਹਾਂ, ਅਸੀਂ ਉਪਰਾਲਾ ਕੀਤਾ ਹੈ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਦਰੱਖਤ ਲਾਏ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਪੰਚਾਇਤ ਸੈਕਟਰੀ ਨਾਲ ਗੱਲ ਕੀਤੀ ਆ, ਸਾਨੂੰ ਵੀਡੀਓ ਦਫ਼ਤਰ ਤੋਂ 1300 ਬੂਟਾ ਮਿਲਿਆ। ਕੋਸ਼ਿਸ਼ ਕਰਦੇ ਹਾਂ ਅਸੀਂ ਇਹ ਬੂਟੇ ਨੂੰ ਜਿਵੇਂ ਲਾਵਾਂਗੇ ਅਸੀਂ ਇਹਨੂੰ ਪੁੱਤਾਂ ਵਾਂਗ ਪਾਲਾਂਗੇ। ਅਤੇ ਬਾਕੀ ਅਸੀਂ ਇਸ ਸਕੂਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਸਟਾਫ ਨੇ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ। ਇਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਜਿੰਨੇ ਸਾਡੇ ਸਕੂਲ ਦੇ ਵਿੱਚ ਪੌਦੇ ਲੱਗਣਗੇ ਉਹਨੂੰ ਅਸੀਂ ਪਾਣੀ ਆ ਪਾਵਾਂਗੇ। ਇਸ ਕਰਕੇ ਇੱਥੋਂ ਦੇ ਪ੍ਰਿੰਸੀਪਲ ਦਾ ਵੀ ਬਹੁਤ ਧੰਨਵਾਦ ਆ ਅਤੇ ਜਗਵੀਰ ਆਜ਼ਾਦ ਦਾ ਵੀ ਬਹੁਤ ਧੰਨਵਾਦ ਆ, ਜਿਹਨੇ ਸਾਨੂੰ ਲੋਕਾਂ ਦੇ ਵਿੱਚ ਦਿਖਾਇਆ ਵੀ ਅਸੀਂ ਇੰਨਾ ਸੋਸ਼ਲ ਦਾ ਕੰਮ ਕਰਦੇ ਹਾਂ। ਪਬਲਿਕ ਨੂੰ ਇਹੀ ਸੁਨੇਹਾ ਹੈ ਜੀ ਸਾਡਾ ਵੀ ਜਿਹੜੇ ਵੀ ਅਸੀਂ ਦਰੱਖਤ ਲਾਉਂਦੇ ਹਾਂ ਜਾਂ ਅਸੀਂ ਰੋਡ 'ਤੇ ਲਾਵਾਂਗੇ, ਜ਼ਿਮੀਦਾਰ ਭਰਾਵਾਂ ਨੂੰ ਬੇਨਤੀ ਆ ਕਿ ਜਦੋਂ ਝੋਨੇ ਨੂੰ ਅੱਗ ਲਾਉਂਦੇ ਆ ਤਾਂ ਉਹ ਰੋਟਾਵੀਟਰ ਲਾਉਣ ਜਾਂ ਕਰਾਹ ਲਾਉਣ, ਕਮ ਸੇ ਕਮ ਜਿਹੜੇ ਪੌਦੇ ਅਸੀਂ ਲਾਉਂਦੇ ਹਾਂ ਉਹਨਾਂ ਨੂੰ ਅੱਗ ਨਾ ਲੱਗੇ। ਅਤੇ ਇਹ ਜਿਹੜੇ ਪੌਦੇ ਅਸੀਂ ਲਾਉਂਦੇ ਹਾਂ ਬੱਚਿਆਂ ਵਾਂਗੂ ਪਾਲਾਂਗੇ, ਅਸੀਂ ਇਹ ਭਰੋਸਾ ਦਿੰਦੇ ਹਾਂ। ਸਾਡੇ ਪਿੰਡ ਨਸੀਹਕਲਾਂ ਦੇ NRI ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਆਪਣੇ ਪਿੰਡ ਨੂੰ ਪੰਜਾਬ ਸਰਕਾਰ ਨੇ ਇੰਨਾ ਵਧੀਆ ਸਕੂਲ ਦਿੱਤਾ ਹੈ,
ਉਹਦੀ ਆਪਾਂ ਸਾਂਭ ਸੰਭਾਲ ਕਰੀਏ। ਕਮ ਸੇ ਕਮ ਇਹਦੇ ਵਿੱਚ ਹੁਣ 900 ਬੱਚਾ ਪੜ੍ਹਦਾ ਹੈ। ਆਪ ਦੇਖੋ ਜੀ ਜਗਵੀਰ ਜੀ, ਇੱਧਰ ਬਿਲਡਿੰਗ ਦੀ ਇੰਨੀ ਮਾੜੀ ਹਾਲਤ ਆ ਵੀ ਇਹ ਕਦੋਂ ਵੀ ਡਿੱਗ ਸਕਦੀ ਆ, ਬਾਰਿਸ਼ ਹੁੰਦੀ ਆ ਤੇ ਇਹ ਚੁੰਦੀ ਆ। ਇਹ ਸਾਡੀ ਪਿੰਡ ਦੇ NRI ਵੀਰਾਂ ਨੂੰ ਬਹੁਤ ਹੱਥ ਬੰਨ ਕੇ ਬੇਨਤੀ ਆ ਵੀ ਇਹਦੇ ਵਾਸਤੇ ਵੀ ਜ਼ਰੂਰ ਫੰਡ ਦੇਣ। ਅੱਗੇ ਵੀ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਫੰਡ ਦਿੱਤਾ ਹੈ, ਇੰਟਰਲੋਕ ਲੱਗੀ ਆ, ਬਹੁਤ ਕੁਛ ਹੋਇਆ ਹੈ, ਪਰ ਸਾਡੀ ਬੇਨਤੀ ਹੈ ਵੀ ਆਹ ਸਕੂਲ ਨੂੰ ਵੀ ਜਿਉਂਦਾ ਰੱਖਣ, ਕਿਉਂਕਿ ਇਹ ਇੰਗਲਿਸ਼ ਮੀਡੀਅਮ ਆ, CBSE ਦਿੱਲੀ ਬੋਰਡ ਦਾ ਸਕੂਲ ਆ ਇਹ ਸਕੂਲ। ਬਾਈ ਜੀ ਇੰਨੀ ਵਧੀਆ ਇਮਾਰਤ ਹੋਣ, ਮਾੜੀ ਇਮਾਰਤ ਹੋਣ ਦੇ ਬਾਵਜੂਦ ਵੀ ਇੱਥੇ 700 ਬੱਚਾ ਪੜ੍ਹਦਾ ਹੈ ਅਤੇ 900 ਬੱਚੇ ਦੀ ਇੱਥੇ ਕਪੈਸਿਟੀ ਹੈਗੀ ਆ। ਸਾਡੀ NRI ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਡੇ ਸਕੂਲ ਨੂੰ ਫੰਡ ਦਿੱਤਾ ਜਾਵੇ ਤਾਂ ਕਿ ਇਹ ਸਕੂਲ ਆਸੇ ਪਾਸੇ ਦੇ ਸਕੂਲਾਂ ਨੂੰ ਮਾਤ ਪਾ ਕੇ ਆਪਣਾ ਨਾਂ ਚਮਕਾਵੇ। ਬਾਕੀ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਸਾਡੇ ਮੌਜੂਦਾ MLA ਮਨਜੀਤ ਸਿੰਘ ਜੀ ਨੂੰ ਵੀ ਜਿੰਨੀ ਗ੍ਰਾਂਟ ਲਿਆ ਸਕਦੇ ਆ ਸਾਡੇ ਸਕੂਲ ਦੇ ਵਾਸਤੇ, ਸਾਡੇ ਸਕੂਲ ਦੀ ਬਹੁਤ ਹੀ ਮਾੜੀ ਹਾਲਤ ਆ, ਉਹਦੇ ਵਾਸਤੇ ਵੱਧ ਤੋਂ ਵੱਧ ਸਾਨੂੰ ਪੰਜਾਬ ਸਰਕਾਰ ਤੋਂ ਫੰਡ ਦਿੱਤਾ ਜਾਵੇ, ਲਿਆ ਕੇ ਦਿੱਤਾ ਜਾਵੇ। ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਨਜੀਤ ਸਿੰਘ ਜੀ ਦਾ, ਜਿਹੜੇ ਅੱਜ ਇੱਥੇ ਸਾਡੇ ਐਕਟਿਵ ਬੋਲ ਦੇ ਉੱਤੇ ਹਾਜ਼ਰੀ ਲਵਾ ਕੇ ਗਏ।